ਤੇਗ ਬਹਾਦਰ ਸਿਮਰਿਆ ਕਰਨੋਂ ਲਿਟਾਵੇ ਧਾਏ ਤੇਗ ਬਹਾਦਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੇ ਪ੍ਰਾਨ 나ਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ हे शरण साध ताप हरने करुणा मैं सब दुख हरो हे शरण जोग दयाले दीना नाथ मैं आ करूं ਸਰੀ ਦੇ ਸਵਸਥ ਕੀਨ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਦਵੇ ਤੇਗ ਬਹਾਦਰ ਸਿਮਰੈ ਘਰ ਨਾ ਨਿਦ ਆਵੇ ਤਾਈ ਸਭ ਥਾਈ ਹੋਈ ਸਹਾਈ ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਖਤ ਚਵਰ 76 ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਬਾਈ ਮਾਨ ਹੋ ਕਰਕੇ ਨੌਵੇਂ ਗੁਰੂ ਦੀਪ ਪਾਤਸ਼ਾਹ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਤ ਹੋ ਕੇ ਹਿੰదేశ్ ਅਤੇ ਵਿਦੇਸ਼ ਦੇ ਅੰਦਰ ਆਪ ਸੰਗਤ ਨਿਤਾ ਪ੍ਰਤੀ ਸਤਗੁਰ ਮਹਾਰਾਜ ਜੀ ਦੇ ਜੀਵਨ ਕੌਤਕਾਂ ਨੂੰ ਸਰਵਨ ਕਰਦੇ ਹੋ ਸਤਗੁਰ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ ਵਿੱਚ ਵਰਤਨ ਜੀਵਨ ਨੂੰ ਕਾ ਸੁਕੀ ਸੁਣ ਸਕੀ ਅਤੇ ਇਹਨਾਂ ਉਪਦੇਸ਼ਾਂ ਦੇ ਵਿੱਚੋਂ ਅਸੀਂ ਸਿੱਖਿਆ ਪ੍ਰਾਪਤ ਕਰਦੇ ਹਾਂ ਹੋਇਆ ਜੀਵਨ ਦੇ ਵਿੱਚੋਂ ਸਾਨੂੰ ਆਤਮਿਕ ਸੋਝੀ ਤੇ ਲਾਹਾ ਪ੍ਰਾਪਤ ਹੋਵੇ ਆਪ ਸੰਗਤ ਬਖਸ਼ਿਸ਼ ਕਰੋ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਮਨ ਬਿਰਤੀਆਂ ਕਰੋ ਇਕਾਗਰ ਅਦ ਪਿਆਰ ਸਤਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਕਿ ਸਤਗੁਰ ਮਹਾਰਾਜ ਪਾਤਸ਼ਾਹ ਜੀ ਪੀਖੀ ਦੇ ਅੰਦਰ ਗਏ ਗੁਰੂ ਨੇ ਜੋ ਤੁਰਕ ਰੀਤ ਅਪਣਾ ਚੁੱਕਿਆ ਸੀ ਦੇਸੂ ਚੌਧਰੀ ਮਹਾਰਾਜ ਨੇ ਉਹਨੂੰ ਵਰਜਿਆ ਸੱਚ ਦਾ ਉਪਦੇਸ਼ ਦਿੱਤਾ ਪਰ ਮੰਨ ਕਰਕੇ ਸਤਗੁਰ ਮਹਾਰਾਜ ਜੀ ਦੇ ਉਪਦੇਸ਼ ਨੂੰ ਗ੍ਰਹਿਣ ਨਾ ਕੀਤਾ ਤੇ ਇਹ ਉਪਦੇਸ਼ ਦਾ ਅਸਰ ਥੋੜਾ ਜਿਹਾ ਮਹਿਸੂਸ ਕਰਦੇ ਆ ਫਿਰ ਉਹੀ ਕੁਰੀਤੀਆਂ ਵਾਲੇ ਪਾਸੇ ਆਇਆ ਤੇ ਇਹ ਕੁਰੀਤੀਆਂ ਦੇ ਕਰਕੇ ਜਿਹੜਾ ਸੀ ਸਤਗੁਰ ਮਹਾਰਾਜ ਨੇ ਬਖਸ਼ਿਸ਼ ਕਰਕੇ ਪੰਜ ਤੀਰ ਇਹਨੂੰ ਦਿੱਤੇ ਤੇ ਉਹ ਤੀਰ ਇਹਨੇ ਆਪਣੇ ਹੱਥੀ ਤੋੜ ਸੁੱਟੇ ਸਤਗੁਰ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਜਿਵੇਂ ਕਰ ਦੇ ਵਿੱਚੋਂ ਅਸੀਸ ਚਲੇ ਗਈ ਇਹਦੀ ਘੋੜੇ ਤੋਂ ਡਿੱਗਣ ਕਰਕੇ ਮੌਤ ਹੋਈ ਸਾਧ ਸੰਗਤ ਉਹ ਜ਼ੈਨ ਦੇ ਰਾਜੇ ਦੇ ਸਾਹਮਣੇ ਕਿਸੇ ਸਮੇਂ ਕਿਸੇ ਨੇ ਤਿੰਨ ਸੋਨੇ ਦੀਆਂ ਮੂਰਤੀਆਂ ਲਿਆ ਕੇ ਰੱਖੀਆਂ ਥੋੜੇ ਜਿਹੇ ਉਪਦੇਸ਼ ਦੇ ਅਸਰ ਦੀ ਮੈਂ ਆਪਜੀਤ ਦੇ ਨਾਲ ਬਾਤ ਸਾਂਝੀ ਕਰਨ ਲੱਗਿਆ ਕਿ ਉਹਨਾਂ ਤਿੰਨਾਂ ਮੂਰਤੀਆਂ ਜਿਹੜੀਆਂ ਰੱਖੀਆਂ ਗਈਆਂ ਕਿਸੇ ਨੇ ਆ ਕਰਕੇ ਮੂਰਤੀਕਾਰ ਨੇ ਇਹ ਗੱਲ ਰਾਜੇ ਨੂੰ ਆਖੀ ਕਿ ਇਹਨਾਂ ਤਿੰਨਾਂ ਮੂਰਤੀਆਂ ਦਾ ਮੈਂ ਮੁੱਲ ਪੋਣ ਵਾਸਤੇ ਤੁਹਾਡੇ ਕੋਲ ਆਇਆ ਤੁਹਾਡੇ ਦਰਬਾਰ ਦੇ ਵਿੱਚ ਸਿਆਣੇ ਹੋਣਗੇ ਮੰਤਰੀ ਹੋਣਗੇ ਵਿਦਵਾਨ ਲੋਕ ਸੱਜਣ ਹੋਣਗੇ ਤੁਹੀ ਇਨ੍ਹਾਂ ਮੂਰਤੀਆਂ ਦਾ ਮੁੱਲ ਜਿਹੜਾ ਹੈ ਮੈਨੂੰ ਪਵਾ ਕੇ ਦਵੋ ਦਰਬਾਰ ਦੇ ਜਿਹੜੇ ਵਜ਼ੀਰ ਸਨ ਉਹਨਾਂ ਨੂੰ ਕਿਹਾ ਗਿਆ ਕਿ ਇਨ੍ਹਾਂ ਮੂਰਤੀਆਂ ਦਾ ਮੁੱਲ ਪਾਓ ਉਹਨਾਂ ਮੂਰਤੀਆਂ ਦੀ ਸੁਨਿਆਰੇ ਵਾਂਗੂ ਕਸਵੱਟੀ ਲਾ ਕੇ ਤੇ ਪਰਖ ਕੀਤੀ ਗਈ ਕਿ ਕੋਈ ਖੋਟ ਸੋਨਾ ਬਿਲਕੁਲ ਸ਼ੁੱਧ ਕਿ ਕਿੰਨੀ ਕੁ ਖੋਟ ਹੋਵੇਗੀ ਸਾਰੀਆਂ ਮੂਰਤੀਆਂ ਦਾ ਸੋਨਾ ਬਿਲਕੁਲ ਸ਼ੁੱਧ ਨਿਕਲਿਆ ਫਿਰ ਉਹਨਾਂ ਦੇ ਭਾਰ ਨੂੰ ਤੋਲਿਆ ਗਿਆ ਤੇ ਭਾਰ ਤੋਲਣ ਤੋਂ ਬਾਅਦ ਵਿੱਚ ਦੇਖਿਆ ਕਿ ਸਾਰਿਆਂ ਦਾ ਵਜ਼ਨ ਭਾਰ ਜਿਹੜਾ ਸੀ ਬਿਲਕੁਲ ਬਰਾਬਰ ਸੀ ਹੁਣ ਇਹ ਵਜ਼ਨ ਭਾਰ ਬਰਾਬਰ ਹੋਣ ਤੋਂ ਬਾਅਦ ਵਿੱਚ ਜਿਹੜੇ ਸਿਆਣਪ ਵਾਲੇ ਜਿਨ੍ਹਾਂ ਨੂੰ ਸਮਝਿਆ ਗਿਆ ਉਹਨਾਂ ਨੇ ਕਿਹਾ ਜੀ ਇੰਨਾ ਸਾਰਿਆਂ ਦਾ ਮੁੱਲ ਬਰਾਬਰ ਹੈ ਕਿਉਂਕਿ ਸੋਨਾ ਵੀ ਬਰਾਬਰ ਲੱਗਿਆ ਭਾਰ ਵੀ ਬਰਾਬਰ ਹੈ ਤੇ ਇਸ ਕਰਕੇ ਇਹਨਾਂ ਦਾ ਮੁੱਲ ਇੱਕੋ ਹੀ ਜਿੰਨਾ ਹੈ ਪਰ ਮੂਰਤੀ ਕਰਨੇ ਕਿਹਾ ਸੀ ਕਿ ਨਹੀਂ ਤੁਹਾਡੇ ਦਰਬਾਰ ਦੇ ਵਿੱਚ ਮੈਨੂੰ ਕੋਈ ਸਿਆਣਾ ਨਹੀਂ ਦਿਸਿਆ ਜਿਹੜਾ ਅਸਲ 'ਚ ਪਰਖ ਕਰਕੇ ਦੱਸੇ ਕਿ ਇਹ ਮੂਰਤੀਆਂ ਕਿੰਨੀਆਂ ਕੀਮਤੀ ਨੇ ਫਿਰ ਉੱਥੇ ਕਾਲੀਦਾਸ ਜਿਹੜਾ ਸੀ ਇੱਕ ਬੜਾ ਸਿਆਣਾ ਵਿਦਵਾਨ ਉਸ ਸਮੇਂ ਹੋਇਆ ਉਹਨੂੰ ਬੁਲਾਇਆ ਗਿਆ ਤੇ ਉਹਨੇ ਆਉਂਦਿਆਂ ਸਾਰ ਮੂਰਤੀਆਂ ਜਿਹੜੀਆਂ ਸੀ ਉਹਨੇ ਇੱਕ ਤੀਲਾ ਹੱਥ ਦੇ ਵਿੱਚ ਫੜਿਆ ਉਹ ਤੀਲਾ ਇੱਕ ਮੂਰਤੀ ਦੇ ਕੰਨ ਦੇ ਵਿੱਚ ਪਾਇਆ ਤੇ ਕਹਿ ਦਿੱਤਾ ਕਿ ਇਸ ਮੂਰਤੀ ਨੂੰ ਬਾਹਰ ਸੁੱਟ ਦੋ ਇਹਦੀ ਕੀਮਤ ਕੋਈ ਨਹੀਂ ਮੂਰਤੀ ਚੁਕਾ ਦਿੱਤੀ ਦੂਸਰੀ ਮੂਰਤੀ ਦੇ ਕੰਨ ਦੇ ਵਿੱਚ ਤੀਲਾ ਪਾਉਂਦੇ ਨੇ ਤੇ ਉਹ ਕਹਿੰਦੇ ਨੇ ਇਹਦੀ ਥੋੜੀ ਜਿੰਨੀ ਕੀਮਤ ਹੋ ਸਕਦੀ ਇਹਨੂੰ ਤੁਸੀਂ ਕਿਤੇ ਕੋਨੇ ਦੇ ਵਿੱਚ ਰੱਖ ਦਿਓ ਇਸ ਤੋਂ ਜ਼ਿਆਦਾ ਕੀਮਤ ਕੋਈ ਨਹੀਂ ਤੀਸਰੀ ਮੂਰਤੀ ਦੇ ਕੰਨ ਦੇ ਵਿੱਚ ਤੀਲਾ ਪਾਉਣ ਤੋਂ ਬਾਅਦ ਵਿੱਚ ਉਹਨੇ ਕਿਹਾ ਕਹਿਣ ਲੱਗਾ ਇਹ ਬੇਸ਼ਕੀਮਤੀ ਮੂਰਤੀ ਹੈ ਇਹਦਾ ਜਿੰਨਾ ਵੀ ਹੋ ਸਕੇ ਮੁੱਲ ਦੇਵੋਗੇ ਉਹਨਾਂ ਹੀ ਥੋੜਾ ਹੈ ਦਰਬਾਰ ਵਾਲੇ ਦੇਖਣ ਵਾਲੇ ਹੈਰਾਨ ਸਨ ਤੇ ਜਿਨ੍ਹਾਂ ਉਹ ਮੂਰਤੀਆਂ ਬਣਾਈਆਂ ਉਹ ਕਹਿੰਦਾ ਬਿਲਕੁਲ ਸਹੀ ਮੁੱਲ ਪਾਇਆ ਉਹਨਾਂ ਨੇ ਕਿਹਾ ਕਿ ਕਿਵੇਂ ਉਸ ਉਸ ਵਿਦਵਾਨ ਨੇ ਉਸ ਵੇਲੇ ਰਾਜੇ ਨੂੰ ਦੱਸਿਆ ਕਿਉਂਕਿ ਰਾਜਾ ਵੀ ਹੈਰਾਨ ਕਿ ਮੂਰਤੀਆਂ ਹੈ ਸੋਨੇ ਦੀਆਂ ਭਾਰ ਵੀ ਬਰਾਬਰ ਫਿਰ ਕਿਉਂ ਇਹਦੀ ਪਰਖ ਕਰਕੇ ਇਹਨੇ ਕਿਹਾ ਕਿ ਇੱਕ ਨੂੰ ਬਾਹਰ ਸੁੱਟ ਦਿਓ ਇੱਕ ਨੂੰ ਕੋਨੇ ਵਿੱਚ ਰੱਖ ਦਿਓ ਇੱਕੋ ਹੀ ਮੂਰਤੀ ਇਨ੍ਹਾਂ ਦੇ ਵਿੱਚੋਂ ਕੀਮਤੀ ਹੈ ਫਿਰ ਉਹਨੇ ਦੱਸਣਾ ਕੀਤਾ ਕਿ ਜਦੋਂ ਮੈਂ ਤੀਲਾ ਕੰਨ ਦੇ ਵਿੱਚੋਂ ਪਾਇਆ ਤੇ ਉਹ ਤੀਲਾ ਦੂਸਰੇ ਕੰਨ ਦੇ ਵਿੱਚ ਚਲਿਆ ਗਿਆ ਕਿ ਇਹ ਅਸਲ 'ਚ ਮੂਰਤੀਆਂ ਨਹੀਂ ਇਹ ਤਾਂ ਸਰੋਤਿਆਂ ਦੀ ਵਿਆਖਿਆ ਕਰਦੀ ਪਈ ਹੈ ਕਿ ਸਰੋਤਾ ਕਿਵੇਂ ਦਾ ਹੋਣਾ ਚਾਹੀਦਾ ਕੰਨ 'ਚ ਇੱਕ ਪਾਸੇ ਤੀਲਾ ਪਾਇਆ ਤੇ ਦੂਸਰੇ ਪਾਸੇ ਨਿਕਲਣ ਤੋਂ ਭਾਵ ਸੀ ਕਿ ਸੰਗਤ ਦੇ ਵਿੱਚ ਸਰੋਤੇ ਐਵੇਂ ਦੇ ਵੀ ਬੈਠਦੇ ਨੇ ਜਿਹੜੇ ਇੱਕ ਕੰਨ ਤੋਂ ਗੱਲ ਸੁਣੀ ਤੇ ਦੂਜੇ ਥਾਂ ਨਿਕਲ ਦਿੱਤੀ ਜਿਵੇਂ ਦੇਸੂ ਜਿਹੜਾ ਚੌਧਰੀ ਭੀਖੀ ਦਾਸੀ ਨੇ ਉਪਦੇਸ਼ ਨੂੰ ਸੁਨਿਆ ਤੇ ਜ਼ਰੂਰ ਪਰ ਥੋੜ੍ਹਾ ਚਿਰਾ ਉਪਦੇਸ਼ ਨੂੰ ਪਨਾ ਕੇ ਰੱਖਿਆ ਉਹ ਜੀਵਨ ਦਾ ਅੰਗ ਨਹੀਂ ਬਣ ਸਕਿਆ ਨਾ ਹੀ ਜੀਵਨ ਨੂੰ ਸੁਧਾਰ ਸਕਿਆ। ਦੂਸਰਾ ਉਹਨੇ ਵਿਦਵਾਨ ਨੇ ਕਿਹਾ ਕਿ ਤੀਲਾ ਕੰਨ ਚੋਂ ਪਾਇਆ ਤੇ ਮੁਖ ਦੇ ਵਿੱਚੋਂ ਬਾਹਰ ਆਇਆ। ਇਹਦਾ ਭਾਵ ਇਹ ਸੀ ਕਿ ਕੁਝ ਲੋਕ ਕੰਨਾਂ ਥਾਣੇ ਗੱਲ ਗਿਆਨ ਦੀ ਸੁਣਦੇ ਜ਼ਰੂਰ ਨੇ ਥੋੜੇ ਚਿਰ ਵਾਸਤੇ ਆਪਣੇ ਦਿਮਾਗ ਦੇ ਵਿੱਚ ਰੱਖਦੇ ਨੇ ਤੇ ਬਾਅਦ ਵਿੱਚ ਉਹ ਗੱਲ ਨੂੰ ਤਾਂ ਦਿਮਾਗ 'ਚ ਰੱਖਦੇ ਆ ਕਿ ਕਿਸੇ ਦੂਸਰੇ ਨੂੰ ਸੁਣਾ ਕੇ ਪ੍ਰਭਾਵਿਤ ਕਰ ਸਕੀਏ। ਕਿਸੇ ਦੂਸਰੇ ਦੇ ਉੱਤੇ ਪ੍ਰਭਾਵ ਪੈ ਸਕੇ ਤਾਂ ਉਹ ਗੱਲ ਗਿਆਨ ਦੀ ਨੂੰ ਆਪਣੇ ਅੰਦਰ ਰੱਖਣਗੇ ਕਿ ਦੂਸਰੇ ਨੂੰ ਮੈਂ ਸੁਣਾ ਸਕਾਂ ਤੇ ਤੀਸਰੀ ਮੂਰਤੀ ਇਹ ਦੱਸਦੀ ਪਈ ਸੀ ਕਿ ਕੰਨ ਥਾਣੀ ਜਦੋਂ ਟੀਲਾ ਪਾਇਆ ਤੇ ਉਹ ਟੀਲਾ ਅੰਦਰ ਨੂੰ ਚਲੇ ਗਿਆ ਉਹਦਾ ਭਾਵ ਇਹ ਸੀ ਕਿ ਸੱਚਾ ਉਪਦੇਸ਼ ਜਿੰਨੇ ਸੁਨਿਆ ਉਹਨੇ ਹਿਰਦੇ ਤੱਕ ਲੈ ਕੇ ਗਿਆ ਤੇ ਜਿੰਦੇ ਹਿਰਦੇ ਤੱਕ ਉਪਦੇਸ਼ ਜਾਏਗਾ ਉਹਦਾ ਜੀਵਨ ਜ਼ਰੂਰ ਬਦਲੇਗਾ ਮਹਾਰਾਜ ਕਹਿੰਦੇ ਨੇ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਹੁਣ ਜਿਨੇ ਸੁਨਿਆ ਨਹੀਂ ਉਹ ਮੰਨੇਗਾ ਵੀ ਨਹੀਂ ਤੇ ਮਹਾਰਾਜ ਕਹਿੰਦੇ ਜਿਹੜਾ ਸੁਨੇਗਾ ਉਹੀ ਮੰਨੇਗਾ ਤੇ ਜਿਹੜਾ ਮੰਨੇਗਾ ਉਹੀ ਉਹਨੂੰ ਹਿਰਦੇ ਵਿੱਚ ਟਿਕਾਏਗਾ ਮਹਾਰਾਜ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਨਹੀਂ ਸੁਨਿਆ ਉਤੋਂ ਉਤੋਂ ਉਪਦੇਸ਼ ਦਾ ਧਾਰ ਨਹੀਂ ਹੋਇਆ ਤੇ ਪਰ ਆਪਣੇ ਜੀਵਨ ਨੂੰ ਸੰਭਾਲ ਨਹੀਂ ਸਕਿਆ ਮਹਾਰਾਜ ਨੇ ਤਾਂ ਕੋਸ਼ਿਸ਼ ਯਤਨ ਕੀਤਾ ਕਿ ਸ਼ਾਇਦ ਇਹਦਾ ਜੀਵਨ ਬਦਲ ਜਾਏ ਮਹਾਰਾਜ ਇਸ ਤੋਂ ਬਾਅਦ ਵਿੱਚ ਫਿਰ ਗੰਡੂਆ ਜਿਹੜਾ ਨਗਰ ਸੀ ਉੱਥੇ ਜਾਂਦੇ ਆ ਹੁਣ ਸਤਗੁਰ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਇਨ੍ਹਾਂ ਯਾਤਰਾ ਦਾ ਖਾਸ ਮਹੱਤਵ ਵੀ ਇਸ ਕਰਕੇ ਸੀ ਕਿਉਂਕਿ ਹਰ ਸਿੱਖ ਜਿਹੜਾ ਸੀ ਪਤਾ ਨਹੀਂ ਕਿਹੜੀ-ਕਿਹੜੀ ਥਾਂ ਤੇ ਉਹ ਸਿੱਖ ਬੈਠੇ ਤੇ ਗੁਰੂ ਨੂੰ ਯਾਦ ਕਰਦੇ ਸੀ ਕਿ ਸਤਗੁਰ ਮਹਾਰਾਜ ਸਾਡੇ ਅੰਦਰ ਭਾਵਨਾ ਤੇ ਕਈ ਵੱਖ-ਵੱਖ ਭਾਵਨਾ ਲੈ ਕਰਕੇ ਬੈਠੇ ਸੀ ਇਸੇ ਤਰ੍ਹਾਂ ਗੰਡੂਆ ਨਗਰ ਦੇ ਅੰਦਰ ਭਾਈ ਮੁਗਲੂ ਜੀ ਹੋਏ ਨੇ ਭਾਈ ਮੁਗਲੂ ਜੀ ਦੇ ਅੰਦਰ ਦੀ ਭਾਵਨਾ ਸੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਸਤਿਗੁਰੂ ਉਹਨਾਂ ਦੇ ਸਮੇਂ ਭਾਈ ਮੁਗਲੂ ਜਿਹੜੇ ਸਨ ਉਹਨਾਂ ਨੇ ਜੰਗਾਂ ਤੇ ਜੁੱਧਾਂ ਦੇ ਵਿੱਚ ਹਿੱਸਾ ਲਿਆ ਸਤਿਗੁਰ ਮਹਾਰਾਜ ਪਾਤਸ਼ਾਹ ਨੇ ਜਦੋਂ ਨਗਰ ਵਾਲੇ ਪਾਸੇ ਨੂੰ ਤੋਰਿਆ ਤੇ ਉਸ ਵੇਲੇ ਸਤਿਗੁਰ ਮਹਾਰਾਜ ਜੀ ਨੂੰ ਬਚਨ ਕਹੇ ਸੀ ਕਿ ਸਤਗੁਰ ਮਹਾਰਾਜ ਇੱਕ ਮਨ ਦੇ ਵਿੱਚ ਇੱਛਾ ਹੈ ਜੇਕਰ ਆਪ ਕਿਰਪਾ ਕਰੋ ਸਤਗੁਰ ਮਹਾਰਾਜ ਪਾਤਸ਼ਾਹ ਜੀ ਨੂੰ ਕਿਹਾ ਸੀ ਕਿ ਮਹਾਰਾਜ ਜਿਸ ਦਿਨ ਮੈਂ ਪ੍ਰਾਨ ਤਿਆਗਾ ਉਸ ਦਿਨ ਤੁਹਾਡੇ ਦਰਸ਼ਨ ਹੋਣੇ ਚਾਹੀਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਬਚਨ ਕਹੇ ਸੰਕਿ ਪ੍ਰਾਨ ਅੰਤ ਜਬ ਹੋਏ ਹਮਾਰੇ ਤਬ ਲਗ ਨਿਕਟ ਰਹੇ ਸਤਗੁਰ ਨਿਆਰੇ ਕਿ ਮੈਂ ਜਿੱਦਨ ਪ੍ਰਾਨ ਮੇਰੇ ਨਿਕਲੋਂ ਤੇ ਉਹ ਦਿਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਸੰਮੁਖ ਹੋਵੋ ਸਤਿਗੁਰ ਮਹਾਰਾਜ ਜੀ ਨੇ ਆਸ਼ੀਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰ Rai ਸਾਹਿਬ ਗੁਰਤਾ ਤੇ ਆਏ ਗੁਰੂ ਹਰਕ੍ਰਿਸ਼ਨ ਮਹਾਰਾਜ ਆਏ ਹੁਣ ਭਾਈ ਮੁਗਲੂ ਦਾ ਅੰਤਮ ਸਮਾਸੀ ਹੁਣ ਮਨ ਦੇ ਵਿੱਚ ਇੱਕ ਹੀ ਇੱਛਾ ਰੱਖੀ ਹੋਈ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਕਿਦੋਂ ਤੁਹਾਡੇ ਦਰਸ਼ਨ ਹੋਣ ਕਿਉਂਕਿ ਹੁਣ ਜੀਵਨ ਦੀਆਂ ਅੰਤਮ ਕੜੀਆਂ ਚੱਲਦੀਆਂ ਨੇ ਸੰਸਾਰੀ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹਨੇ ਸੰਸਾਰ ਤੋਂ ਕਿਦੋਂ ਜਾਣਾ ਹੈ ਮਹਾਰਾਜ ਕਹਿੰਦੇ ਨੇ ਕਿ ਕਿਆ ਜਾਣਾਂ ਕਿ ਉਹ ਮਰेंगे ਕਿਹੈਸਾ ਮਰਨਾ ਹੋਏ ਸੰਸਾਰੀ ਨੂੰ ਇਹ ਵੀ ਨਹੀਂ ਪਤਾ ਕਿ ਕਿਵੇਂ ਮਰਨਾ ਕਿੱਥੇ ਮਰਨਾ ਕਦੋਂ ਮਰਾਂਗਾ ਪਰ ਸਤਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਦੇ ਵਿੱਚ ਭਿੱਜਿਆ ਹੈ ਉਹ ਤਾਂ ਇਵੇਂ ਆ ਕਿ ਉਹਨੂੰ ਇਹ ਵੀ ਪਤਾ ਹੈ ਕਿ ਸਿਨਿਆ ਕਦੋਂ ਆਇਆ ਕਿਦੋਂ ਸੰਸਾਰ ਤੋਂ ਪਰਤ ਕੇ ਵਾਪਸ ਜਾਣਾ ਹੈ ਗੁਰਮੁਖ ਕੱਲੇ ਆਨ ਜਾਵਨ ਸਦਿਆਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਲੈ ਕਰਕੇ ਭਾਈ ਮੁਗਲੂ ਘਰ ਦੇ ਵਿੱਚ ਹੈ ਤੇ ਪਰਿਵਾਰ ਨੂੰ ਉਹਨੇ ਕਹਿ ਦਿੱਤਾ ਪਰਿਵਾਰ ਨੇ ਜਿਕਰ ਕਹਿਣਾ ਕਿ ਬਾਹਲਾ ਦਰਵਾਜ਼ਾ ਬੰਦ ਕਰਦੀ ਰਾਤ ਹੈ ਸਮਾਂ ਰਾਤ ਦਾ ਹਨੇਰਾ ਹੋ ਚੁੱਕਿਆ ਹੈ ਭਾਈ ਮੁਗਲੂ ਨੇ ਕਹਿਣਾ ਨਹੀਂ ਬਿਲਕੁਲ ਦਰਵਾਜ਼ਾ ਬੰਦ ਨਾ ਕਰਿਓ ਮੇਰੇ ਸਤਿਗੁਰ ਨੇ ਆਉਣਾ ਤੇ ਕਿਤੇ ਦਰਵਾਜ਼ਾ ਬੰਦ ਵੇਖ ਕੇ ਉਹ ਮੁੜੀ ਨਾ ਜਾਣ ਮਨ ਦੇ ਵਿੱਚ ਇੱਛਾ ਸੀ ਕਿ ਮਹਾਰਾਜ ਮੇਰੇ ਘਰ ਦੇ ਦਰਵਾਜ਼ੇ ਜਿਹੜੇ ਹਮੇਸ਼ਾ ਖੁੱਲੇ ਰਹਿਣਗੇ ਆਪ ਕਿਰਪਾ ਕਰੋਗੇ ਘਰ ਦੇ ਵਿੱਚ ਆਓ ਮੇਰਾ ਅੰਤਮ ਸਮਾ ਹੈ ਸਤਿਗੁਰੂ ਤਨਗੁਰੂ ਤੇਗ ਬਹਾਦਰ ਮਹਾਰਾਜ ਫਿਰ ਇਥੋਂ ਭੀਖੀ ਤੋਂ ਅੱਗੇ ਨਗਰਾਂ ਤੋਂ ਹੁੰਦਿਆਂ ਹੋਇਆਂ ਗੰਡੂਆ ਨਗਰ ਦੇ ਵਿੱਚ ਜਾਂਦੇ ਆ ਉਧਰੋਂ ਭਾਈ ਮੁਗਲੂ ਦੇ ਆਖਰੀ ਸਵਾਸ ਨੇ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਘਰ ਦੇ ਅੰਦਰ ਗਏ ਸਤਗੁਰ ਮਹਾਰਾਜ ਪਾਤਸ਼ਾਹ ਘੋੜੇ ਤੇ ਉਤਰੇ ਪਾਈ ਮੁਗਲੂ ਦੇ ਸਾਹਮਣੇ ਜਦੋਂ ਜਾ ਕੇ ਖੜੇ ਹੋਏ ਤੇ ਉਹਨੇ ਸਤਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਰੱਖਿਆ ਪਾਈ ਮੁਗਲੂ ਸੀਸ ਰੱਖਿਆ ਤੇ ਸਤਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨੇ ਪ੍ਰਾਨ ਤਿਆਗੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਉਹਦੀ ਮਨ ਦੀ ਇੱਛਾ ਸੀ ਕਿ ਅੰਤਮ ਸਮੇਂ ਮਹਾਰਾਜ ਤੁਹਾਡੇ ਦਰਸ਼ਨ ਹੋਣ ਸਤਗੁਰ ਮਹਾਰਾਜ ਪਾਤਸ਼ਾਹ ਦੇਖੋ ਕਿਆਂ ਨੇ ਪਤਾ ਨਹੀਂ ਕੈਸੀ ਕੈਸੀ ਭਾਵਨਾ ਲੈ ਕੇ ਬੈਠੇ ਅਨੋਖੀ ਜੀ ਭਾਵਨਾ ਲੈ ਕੇ ਇੱਕ ਹੋਰ ਸਿੱਖ ਹੈ ਜਿੰਦਾ ਨਾਮ ਹੈ ਸਾਧੂ ਪਾਈ ਤੁਲਸੀ ਜੀ ਇਹਦਾ ਨਗਰ ਹੈ ਤਲਿਓ ਇਤਨੇਓ ਨਗਰ ਦਾ ਜਿਹੜਾ ਤੁਲਸੀ ਜਿਹੜਾ ਸੀ ਸਾਧੂ ਸੀ ਇਹਦੇ ਮਨ ਦੇ ਵਿੱਚ ਹੋਰ ਹੀ ਇੱਛਾ ਰੱਖ ਕੇ ਦਰਸ਼ਨਾਂ ਦੀ ਵੱਖਰੀ ਜੀ ਸੇਕ ਰੱਖ ਕੇ ਬੈਠਾ ਤੇ ਜਦੋਂ ਸਤਗੁਰ ਮਹਾਰਾਜ ਪਾਤਸ਼ਾਹ ਇਹਦੇ ਕੋਲ ਗਏ ਤੇ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਸਭ ਤੋਂ ਪਹਿਲਾਂ ਕੀਤੀ ਮ੍ਰਿਤਿਕ ਭਾਦਰ ਮਹਾਰਾਜ ਜੀ ਦੀ ਇਹਨੇ ਪ੍ਰਕਰਮਾ ਕਰਨਾ ਕੀਤੀ ਜਿਵੇਂ Hindu ਧਰਮ ਦੇ ਵਿੱਚ 6 ਪ੍ਰਕਾਰ ਦੀ ਪੂਜਾ ਦੱਸੀ ਹੈ ਉਸ ਤਰੀਕੇ ਨਾਲ ਇਹਨੇ ਸਤਗੁਰ ਮਹਾਰਾਜ ਜੀ ਦੀ ਪੂਜਾ ਕੀਤੀ ਉਨੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਜਿਵੇਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਉਹ ਬਜ਼ੁਰਗ ਪੰਡਤ ਗੰਗਾ ਦੇ ਕਿਨਾਰੇ ਤੇ ਬੈਠਾ ਹੋਇਆ ਸ਼ਿਵਦੱਤ ਜਿਹੜਾ ਸੀ RAM ਦੇ ਰੂਪ ਦੇ ਵਿੱਚ ਕਰਨਾ ਚਾਹੁੰਦਾ ਸੀ ਰੋਜ਼ ਉਹਨੇ RAM RAM ਗੰਗਾ ਦੇ ਕਿਨਾਰੇ ਤੇ ਬੈਠ ਕੇ ਜਪਨਾ ਤੇ ਜਿੱਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਗਏ ਤੇ ਮੋਢਿਆਂ ਤੇ ਜਾ ਕੇ ਕੰਧਾੜਿਆਂ ਤੇ ਚੜ ਕੇ ਅੱਖਾਂ ਮੀਟ ਕੇ ਆਖਿਆ ਸੀ ਕਿ ਬਾਬਾ ਜੀ ਝਾਤ ਤੇ ਸ਼ਿਵਦਤ ਨੇ ਅੱਖਾਂ ਤੋਂ ਹੱਥ ਪਾਸੇ ਕੀਤੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਦੇ ਰਾਹੀ ਉਹਨੂੰ ਆਪਣੇ ਰਾਮ ਦੇ ਦਰਸ਼ਨ ਹੋਏ ਇਹ ਸਾਧੂ ਪਾਈ ਤੁਲਸੀ ਜਿਹੜਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਸਿੱਖੀ ਧਾਰਨ ਕੀਤੀ ਪਰ ਮਨ ਦੇ ਵਿੱਚ ਸ਼ਰਦਾ ਸੀ ਕਿ ਮੈਂ ਕਿਸੇ ਹੋਰ ਰੂਪ ਚ ਗੁਰੂ ਦੇ ਦਰਸ਼ਨ ਕਰਨਾ ਚਾਹਣਾ ਗੁਰੂ ਤੇਗ ਬਹਾਦਰ ਮਹਾਰਾਜ ਗਏ ਪ੍ਰਕਰਮਾ ਕੀਤੀ ਦਰਸ਼ਨ ਕੀਤੇ ਚਰਨ ਅੰਮ੍ਰਿਤ ਲਿਆ ਛੇ ਪ੍ਰਕਾਰ ਦੀ ਸਤਗੁਰ ਮਹਾਰਾਜ ਜੀ ਦੀ ਪੂਜਾ ਕਰਨਾ ਕੀਤੀ ਤੇ ਸਤਗੁਰਾਂ ਦੇ ਉਹ ਦਰਸ਼ਨ ਮਨ ਨੂੰ ਪ੍ਰਾਪਤ ਹੋਏ ਜਿਹੜੇ ਇਹ ਕਰਨਾ ਚਾਹੁੰਦਾ ਸੀ ਸਤਗੁਰੂ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਦੱਸੋ ਪ੍ਰਮਾਤਮਾ ਨੂੰ ਅਸਲ ਦੇ ਵਿੱਚ ਮਿਲਣਾ ਹੈ ਤੇ ਰਾਹ ਕੀ ਹੈ ਕਿਵੇਂ ਮਿਲ ਸਕਦੇ ਆ ਸਤਗੁਰ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਕਿ ਰੱਬ ਕਿਤੇ ਦੂਰ ਨਹੀਂ ਹੈ ਪਰਮਾਤਮਾ ਅਤ ਨੇੜੇ ਹੈ ਸਾਡੇ ਸਰੀਰ ਦਾ ਕੋਈ ਵੀ ਅੰਗ ਇੰਨਾ ਸਾਡੇ ਨੇੜੇ ਨਹੀਂ ਜਿੰਨਾ ਰੱਬ ਸਾਡੇ ਨੇੜੇ ਹੈ ਪਰ ਅਸਲ ਦੇ ਵਿੱਚ ਕੀ ਹੈ ਕਿ ਸਾਡੇ ਵਿੱਚ ਤੇ ਪਰਮਾਤਮਾ ਵਿੱਚ ਅਸੀਂ ਹਉਮੈ ਦੀ ਕੰਧ ਖੜੀ ਕਰ ਦਿੱਤੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਨੇ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਤੇ ਮਹਾਰਾਜ ਜੀ ਨੇ ਉੱਤਰ ਵੀ ਦੇ ਦਿੱਤਾ ਹੱਲ ਵੀ ਦੱਸ ਦਿੱਤਾ ਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਮ ਸਤਿਗੁਰ ਮਹਾਰਾਜ ਕਹਿੰਦੇ ਨੇ ਹਉਮੈ ਪੀਤ ਗੁਰ ਪਾਈ ਕਿ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਹਉ ਹਉ ਪੀਤ ਭਇਉ ਹੈ ਵਿੱਚੋਂ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਹਉਮੈ ਹੰਕਾਰ ਦੀ ਕੰਧ ਹੈ ਇਹ ਪਰਦਾ ਬਣਿਆ ਹੋਇਆ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਕੇਵਲ ਪਰਮ ਮੇਟਣ ਦੀ ਲੋੜ ਹੈ ਜਿੱਦਨ ਪਰਮ ਖਤਮ ਹੋ ਜਾਏਗਾ ਉਸ ਦਿਨ ਪ੍ਰਮਾਤਮਾ ਪ੍ਰਗਟ ਹੋ ਜਾਏਗਾ ਅਸੀਂ ਏ ਸੋਚਦੇ ਆ ਕਿ ਸ਼ਾਇਦ ਪ੍ਰਮਾਤਮਾ ਨੂੰ ਕਿਤੇ ਉਹ ਲੱਭਣਾ ਸਾਨੂੰ ਪਏਗਾ ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਲੱਭਣਾ ਨਹੀਂ ਪੈਣਾ ਪ੍ਰਗਟ ਕਰਨਾ ਪੈਣਾ ਹੈ ਦੂਰ ਨਹੀਂ ਹੈ ਉਹ ਨੇੜੇ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਇੰਨਾ ਨੇੜੇ ਹੈ ਕਹੋ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਉਹ ਹੱਥ ਤੋਂ ਵੀ ਨੇੜੇ ਹੈ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਕੇਵਲ ਪ੍ਰਗਟ ਕਰਨ ਦੀ ਲੋੜ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਤੇ ਚਾਨਨ ਸਭ ਮਹਿ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਸਤਿਗੁਰ ਮਹਾਰਾਜ ਕਹਿੰਦੇ ਨੇ ਅਸਲਤ ਰੱਬ ਦੂਰ ਕਿਤੇ ਨਹੀਂ ਸਾਡੇ ਤੋਂ ਸਾਡੇ ਅੰਦਰ ਕੇਵਲ ਭਰਮ ਪੈਦਾ ਹੋ ਗਿਆ ਕਿ ਅਸੀਂ ਉਸ ਭਰਮ ਦੇ ਆਸਰੇ ਤੇ ਜਿਉਂਦੇ ਪਏ ਹਾਂ ਬੰਦਾ ਗੁਨਾਹ ਕਰਨ ਲੱਗਿਆ ਵੀ ਇਹ ਹੀ ਸੋਚਦਾ ਪਿਆ ਹੈ ਕਿ ਸ਼ਾਇਦ ਰੱਬ ਮੈਨੂੰ ਦੇਖਦਾ ਨਹੀਂ ਪਿਆ ਸਤਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਮੰਦਾ ਅੱਗੇ ਦੇਖੇਗਾ ਪਿੱਛੇ ਦੇਖੇਗਾ ਕਿ ਮੈਨੂੰ ਕੋਈ ਦੇਖੇ ਨਾ ਗੁਨਾਹ ਕਰ ਲਗਿਆ ਪਰ ਸਤਗੁਰ ਮਹਾਰਾਜ ਕਹਿੰਦੇ ਨੇ ਕਿ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ ਜੇ ਗੁਨਾਹ ਕਰਦਾ ਪਿਆ ਹੈ ਤੇ ਸਤਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਉਹਦੇ ਤੋਂ ਕਿੱਦਾਂ ਲੁਕਾ ਸਕਦਾ ਜਿਹੜਾ ਤੇਰੇ ਅੰਦਰ ਬੈਠਾ ਤੈਨੂੰ ਦੇਖਦਾ ਪਿਆ ਹੈ ਹਮੇ ਦੀ ਪੀਤ ਹੈ ਨਾ ਇੱਕ ਵਿਦਵਾਨ ਨੇ ਉਦਾਹਰਣ ਦਿੱਤੀ ਉਹ ਸਾਖੀਕਰ ਲਿਖਦਾ ਹੈ ਕਿ ਕਿਸੇ ਨੇ ਕਿਹਾ ਕਿ ਨਗਰ ਦੇ ਵਿੱਚੋਂ ਸਿਆਣਾ ਪੁਰਖ ਕੌਣ ਹੈ ਪਤਾ ਲੱਗ ਸਕੇ ਕਿਹੜਾ ਸਿਆਣਾ ਪੁਰਖ ਹੈ ਉਹਨੇ ਕੀ ਕੀਤਾ ਕਿ ਦੋ ਕਬੂਤਰ ਜਿਹੜੇ ਸੀ ਦੋ ਵੱਖ-ਵੱਖ ਬੰਦਿਆਂ ਨੂੰ ਦਿੱਤੇ ਕਿਹਾ ਕਿ ਇਹਨਾਂ ਕਬੂਤਰਾਂ ਨੂੰ ਉੱਥੇ ਮਾਰ ਕੇ ਲੈ ਕੇ ਆਇਓ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਇੱਕ ਜਿਹੜਾ ਚੁਸਤ ਤੇ ਚਲਾਕ ਸੀ ਉਹ ਕਬੂਤਰਾਂ ਨੂੰ ਲੈ ਕੇ ਜਦੋਂ ਗਿਆ ਤੇ ਉਹਨੇ ਅੱਗੇ ਪਿੱਛੇ ਦੇਖਿਆ ਕਿ ਕੋਈ ਦੇਖਦਾ ਤੇ ਨਹੀਂ ਸੁੰਸਾਨ ਜੀ ਥਾਂ ਦੇਖ ਕੇ ਤੇ ਉਹਨੇ ਕਬੂਤਰ ਨੂੰ ਮਾਰਿਆ ਤੇ ਦੌੜ ਕਰਕੇ ਵਾਪਸ ਰਾਜੇ ਦੇ ਕੋਲ ਆ ਕੇ ਕਹਿੰਦਾ ਦੇਖੋ ਮੈਂ ਆ ਗਿਆ ਹੁਣ ਮੈਂ ਇਨਾਮ ਦਾ ਹੱਕਦਾਰ ਆਂ ਮੈਂ ਪਹਿਲੋਂ ਆ ਚੁੱਕਾ ਹਾਂ ਤੇ ਉਸ ਰਾਜੇ ਨੇ ਕਿਹਾ ਕਹਿਣ ਲੱਗਾ ਕਿ ਥੋੜਾ ਜਿਹਾ ਰੁਕੋ ਕਿਉਂਕਿ ਦੂਜਾ ਵੀ ਆਵੇਗਾ ਤੇ ਫਿਰ ਅਸੀਂ ਨਿਰਣਾ ਕਰਾਂਗੇ ਦੂਜਾ ਇਨਸਾਨ ਉਹ ਜਿਹੜਾ ਕਬੂਤਰ ਨੂੰ ਲੈ ਕੇ ਗਿਆ ਉਹਨੇ ਬੜੀਆਂ ਥਾਵਾਂ ਦੇਖੀਆਂ ਕੋਈ ਦੇਖਦਾ ਤੇ ਨਹੀਂ ਮਨ ਨੇ ਕਹਿਣਾ ਕਿ ਨਹੀਂ ਇੱਥੇ ਆ ਚੀਜ਼ ਦੇਖਦੀ ਹੈ ਇੱਥੇ ਆ ਚੀਜ਼ ਦੇਖਦੀ ਐ ਅਖੀਰ ਤੇ ਬਿਲਕੁਲ ਸੰਸਾਨ ਥਾਂ ਦੇਖ ਕੇ ਉਹਨੇ ਜਦੋਂ ਉਸ ਕਬੂਤਰ ਨੂੰ ਮਾਰਨ ਲੱਗਿਆ ਤੇ ਉਹ ਕਬੂਤਰ ਉਹਦੇ ਵੱਲੇ ਦੇਖੇ ਪਿਆ ਮਨ ਦੇ ਵਿੱਚ ਫੁਰਨਾ ਆ ਗਿਆ ਕਿ ਇਹ ਕਬੂਤਰ ਤਾਂ ਮੈਨੂੰ ਦੇਖਦਾ ਪਿਆ ਐ ਨਾ ਕਬੂਤਰ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ ਕਹਿੰਦਾ ਹੁਣ ਕੋਈ ਨਹੀਂ ਮੈਨੂੰ ਦੇਖਦਾ ਪਰ ਜਦੋਂ ਮਾਰਨ ਲੱਗਿਆ ਤੇ ਫਿਰ ਮਨ ਦੇ ਵਿੱਚ ਫੁਰਨਾ ਆਇਆ ਮਨਾ ਤੇਰੇ ਅੰਦਰ ਬੈਠਾ ਰੱਬ ਤੇ ਤੈਨੂੰ ਦੇਖਦਾ ਪਿਆ ਉਹਦੇ ਤੋਂ ਕਿੱਥੇ ਲੁਕਾ ਸਕਦਾ ਹੈ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਗੁਨਾਹ ਕਰਨ ਲੱਗਿਆ ਬੰਦਾ ਸੋਚਦਾ ਕਿ ਮੈਨੂੰ ਕੋਈ ਨਹੀਂ ਦੇਖਦਾ ਕਰਤ ਵਿਕਾਰ ਦੋ ਕਰਚਾਰਤ ਬੰਦਾ ਗੁਨਾਹ ਕਰਕੇ ਦੋਵੇਂ ਹੱਥ ਛਾੜ ਕੇ ਉੱਠ ਖਲੋਂਦਾ ਕਹਿੰਦਾ ਮੈਨੂੰ ਕਿੰਨੇ ਦੇਖਿਆ ਮੈਂ ਮੇਰ ਤੋਂ ਰਾਜਨੀਤਿਕ ਤਾਕਤ ਮੇਰ ਤੋਂ ਧਾਰਮਿਕ ਤਾਕਤ ਮੇਰ ਤੋਂ ਧਨ ਦੀ ਤਾਕਤ ਮੈਂ ਤਾਂ ਛੱਟ ਨਿਕਲ ਗਿਆ ਸਮਝੋ ਪਰ ਹਕੀਕਤ ਇਹ ਹੈ ਕਿ ਸਤਗੁਰ ਮਹਾਰਾਜ ਕਹਿੰਦੇ ਨੇ ਕਿ ਸੱਦ ਸੁਣਦਾ ਸੱਦ ਵੇਖਦਾ ਉਹ ਪ੍ਰਮਾਤਮਾ ਸਾਨੂੰ ਹਮੇਸ਼ਾ ਸੁਣਦਾ ਪਿਆ ਹੈ ਹਮੇਸ਼ਾ ਦੇਖਦਾ ਪਿਆ ਹੈ ਸਤਗੁਰ ਮਹਾਰਾਜ ਤਨਾਸਰੀ ਰਾਗ ਦੇ ਅੰਦਰ ਜਦੋਂ ਅਸੀਂ ਸ਼ਬਦ ਆਰਤੀ ਦਾ ਪੜ੍ਹਦੇ ਆ ਜਾਂ ਸੋਲਾ ਸਾਹਿਬ ਜੀ ਦਾ ਤੀਸਰਾ ਸ਼ਬਦ ਪੜ੍ਹਦੇ ਆ ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀਆਂ ਅੱਖਾਂ ਨੇ ਇਹ ਸਾਰੀਆਂ ਤੇਰੀਆਂ ਅੱਖਾਂ ਨੇ ਇਹ ਨਾਸਕਾ ਜਿਹੜੀ ਮਨੁੱਖਾਂ ਨੂੰ ਜਾਂ ਜੀਵ ਜੰਤੂਆਂ ਨੂੰ ਤੂੰ ਨੱਕ ਦਿੱਤਾ ਇਹ ਸਾਰੇ ਨੱਕ ਤੇਰੇ ਨੇ ਇਹ ਹੱਥ ਇਹ ਪੈਰ ਤੇਰੇ ਨੇ ਪਰ ਅਖੀਰ ਤੇ ਵਿੱਚ ਮਹਾਰਾਜ ਕਹਿੰਦੇ ਨਾਲ ਹੀ ਕਿ ਇੰਨਾ ਪੈਰਾਂ ਦੇ ਵਿੱਚ ਅਸੀਂ ਇਹ ਨਹੀਂ ਦਾਵਾ ਕਰ ਸਕਦੇ ਕਿ ਅਸਲ ਕਿਹੜੇ ਤੇਰੇ ਨੇ ਕੋਈ ਦਾਵਾ ਕਰਕੇ ਥੋੜੀ ਕਹੇਗਾ ਕਿ ਮੇਰੇ ਪੈਰ ਹੀ ਰੱਬ ਦੇ ਪੈਰ ਨੇ ਮੇਰੀਆਂ ਅੱਖਾਂ ਰੱਬ ਦੀਆਂ ਅੱਖਾਂ ਮੇਰੀ ਨਾਸਕਾ ਰੱਬ ਦੀ ਨਾਸਕਾ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਉਹ ਅਸਲ ਦੇ ਵਿੱਚ ਪੁਰਖ ਹੈ ਤੇ ਕੱਲਾ ਪੁਰਖ ਨਹੀਂ ਹੈ ਉਹ ਕਰਤਾ ਪੁਰਖੇ ਉਹ ਸਾਨੂੰ ਬਣਾ ਕਰਕੇ ਤੇ ਸਾਡੇ ਵਿੱਚ ਬੈਠਾ ਹੋਇਆ ਸਾਡੇ ਤੋਂ ਦੂਰ ਕਿਤੇ ਨਹੀਂ ਉਹ ਹਮੇਸ਼ਾ ਹਾਜ਼ਰ ਹੈ ਕੋਈ ਵੀ ਮੁਸਵਰ ਕੋਈ ਮੂਰਤੀਕਾਰ ਮੂਰਤੀ ਬਣਾਵੇ ਕੋਈ ਤਸਵੀਰ ਬਣਾਵੇ ਕੋਈ ਘਰ ਬਣਾਏ ਕੋਈ ਗਹਿਣੇ ਦੀ ਤਮੀਰ ਕਰੇ ਹੁਣ ਕੋਈ ਵੀ ਐਸਾ ਅਸੀਂ ਨਹੀਂ ਦੇਖਦੇ ਕਿ ਜਿੰਨੇ ਇਹ ਵਸਤੂ ਕੋਈ ਬਣਾਈ ਪੇਂਟਿੰਗ ਬਣਾਈ ਮੂਰਤੀ ਬਣਾਈ ਗਹਿਣਾ ਬਣਾਇਆ ਉਹ ਕਰਤਾ ਜ਼ਰੂਰ ਬਣ ਜਾਂਦਾ ਹੈ ਉਹਨੂੰ ਬਣਾ ਕਰਕੇ ਪਰ ਉਹਦੇ ਵਿੱਚ ਨਹੀਂ ਬੈਠਾ ਹੁੰਦਾ ਉਹਦੇ ਵਿੱਚ ਨਹੀਂ ਹੈ ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਕਰਤਾ ਇਕੱਲਾ ਨਹੀਂ ਉਹ ਕਰਤਾ ਪੁਰਖ ਹੈ ਉਹ ਵਸਤੂ ਨੂੰ ਬਣਾ ਕਰਕੇ ਜੀਵ ਨੂੰ ਬਣਾ ਕਰਕੇ ਸਤਿਗੁਰ ਮਹਾਰਾਜ ਕਹਿੰਦੇ ਨੇ ਉਹਦੇ ਵਿੱਚ ਬੈਠਿਆ ਹੈ ਜਦੋਂ ਇਸ ertidhi ਦੇ ਉੱਤੇ ਮਹਾਰਾਜਿਆਂ ਸਿੱਖਾਂ ਨੇ ਜਿਹੜਾ ਸੀ ਉਹਨਾਂ ਨੇ ਰਾਜ ਕੀਤਾ ਉਹਨਾਂ ਸਿੱਖ ਰਾਜਿਆਂ ਵਿੱਚੋਂ ਇੱਕ ਫਰੀਦਕੋਟੀਏ ਮਹਾਰਾਜ ਜਿਹੜੇ ਸੀ ਉਹਨਾਂ ਨੇ ਸਿੱਖੀ ਵਾਸਤੇ ਖਾਸ ਉਦਦਮ ਕੀਤਾ ਉਦਾਸੀ ਤੇ ਨਿਰਮਲੇ ਜਿਹੜੇ ਸਾਧੂ ਸੀ ਉਹਨਾਂ ਨੂੰ ਇਕੱਤਰ ਕੀਤਾ 100 ਸਾਧੂਆਂ ਨੇ ਰਲ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਟੀਕਾ ਲਿਖਿਆ ਉਹ ਨਿਰਮਲਿਆਂ ਦਾ ਟੀਕਾ ਜਿਹੜਾ ਕਰਕੇ ਮਸ਼ਹੂਰ ਹੋਇਆ ਜਾਂ ਉਹਨੂੰ ਫਰੀਦਕੋਟੀਆਂ ਵਾਲਾ ਟੀਕਾ ਵੀ ਕਿਹਾ ਗਿਆ ਉਨ੍ਹਾਂ ਬਾਣੀ ਦੇ ਅਰਥ ਕਰਦੇ ਜਦੋਂ ਕਰਤਾ ਪੁਰਖ ਦੇ ਅਰਥ ਕੀਤੇ ਤੇ ਉੱਥੇ ਉਹਨਾਂ ਨੇ ਲਿਖਿਆ ਕਿ ਪੂਰੀ ਪੂਰੀ ਬਸੰਤਾ ਸਤਪੁਰਖਾ ਜਿਹੜਾ ਹਰ ਥਾਂ ਤੇ ਮੌਜੂਦ ਹੋਵੇ ਹਰ ਥਾਂ ਤੇ ਹੈ ਕਿਤੇ ਵੀ ਗੈਰ ਹਾਜ਼ਰ ਨਹੀਂ ਅਸੀਂ ਇਹ ਅੱਜ ਦੇਖੋ ਅੱਜ ਸਾਇੰਸ ਕਹੇਗੀ ਕਿ ਅਸੀਂ ਅਲਾਸਕਾ ਦੇ ਵਿੱਚ ਚਲੇ ਜਾਈਏ ਜਿੱਦਾ ਕੁਝ ਐਸੀਆਂ ਧਰਤੀ ਦੇ ਉੱਤੇ ਥਾਵਾਂ ਨੇ ਜਿੱਥੇ ਜੀਵਨ ਨਹੀਂ ਜਿੱਥੇ ਨਾ ਤੇ ਕੋਈ ਪਸ਼ੂ ਮਿਲੇਗਾ ਨਾ ਪੰਛੀ ਮਿਲੇਗਾ ਨਾ ਕੋਈ ਜਾਨਵਰ ਮਿਲੇਗਾ ਨਾ ਕੋਈ ਇਨਸਾਨ ਉੱਥੇ ਜਾਂਦਾ ਹੈ ਪਰ ਹਕੀਕਤ ਇਹ ਆ ਕਿ ਇਸ ਨੌਖੰਡ ਪ੍ਰਿਥਵੀ ਇਕੱਲੀ ਨਹੀਂ ਇਸ ਸਮੁੱਚੇ ਬ੍ਰਹਿਮੰਡ ਇਸ ਕਾਇਨਾਤ ਜਿੱਥੋਂ ਤੱਕ ਸਾਇੰਸ ਨੇ ਅੱਜ ਤੱਕ ਦੇਖਿਆ ਤੇ ਜਾਂ ਜਿੱਥੋਂ ਤੱਕ ਅਜੇ ਤੱਕ ਦੇਖ ਨਹੀਂ ਪਾਏ ਉਹ ਹਰ ਥਾਂ ਤੇ ਪ੍ਰਮਾਤਮਾ ਆਪ ਮੌਜੂਦ ਹੈ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਫਿਰ ਸਾਧੂ ਜਿਹੜਾ ਤੁਲਸੀ ਸੀ ਉਹਨੇ ਕਿਹਾ ਕਿ ਮਹਾਰਾਜ ਪਰਮਾਤਮਾ ਨਾਲ ਮਿਲਣਾ ਤੇ ਕਿਵੇਂ ਮਿਲਿਏ ਮਹਾਰਾਜ ਕਹਿੰਦੇ ਨੇ ਉਹ ਹਰ ਥਾਂ ਤੇ ਮੌਜੂਦ ਕੇਵਲ ਭਰਮ ਦਾ ਪਰਦਾ ਅੰਦਰ ਪਿਆ ਹੈ ਇਸ ਭਰਮ ਦੇ ਪਰਦੇ ਨੂੰ ਤੋੜੋਗੇ ਤੇ ਕਹਿੰਦੇ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ ਮਹਾਰਾਜ ਜੀ ਦਾ ਪਾਵਨ ਵਾਕ ਨੇ ਪਾਵਨ ਬਾਣੀ ਦੇ ਵਿੱਚ ਕਿ ਬੰਨ ਕੰਡਾ ਮੂੜੇ ਹੈ ਬੰਦਾ ਰੱਬ ਨੂੰ ਲੱਭਣ ਵਾਸਤੇ ਕੰਡਿਆਂ ਤੇ ਬਨਾਂ ਦੇ ਵਿੱਚ ਦੌੜਦਾ ਫਿਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਵਸੀ ਰੱਬ ਹਿਆਲੀਏ ਬਾਹਰ ਕਿਆ ਟੁੰਡੇ ਹੈ ਤੇ ਕਹਿੰਦੇ ਅਸਲ ਦੇ ਵਿੱਚ ਰੱਬ ਹਿਰਦੇ ਵਿੱਚ ਵਸਦਾ ਪਿਆ ਹੈ ਪੰਭੀਰੀ ਕੇ ਪਾਤ ਪਰਦੋ ਬਿਨ ਪੇਖੀ ਦौरायो ਪੰਭੀਰੀ ਦੇ ਜਿੱਦਾਂ ਖੰਭ ਜਿੰਨਾ ਕਹਿੰਦੇ ਕੇਵਲ ਪਰਦਾ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਜੇ ਉਹਨਾਂ ਕਾ ਪਰਦਾ ਸੀ ਮੇਟ ਦਈਏ ਹੰਕਾਰ ਨੂੰ ਛੱਡ ਦਈਏ ਨਾ ਤਾਂ ਹੰਕਾਰ ਵਿਦਿਆ ਦਾ ਹੋਵੇ ਨਾ ਹੰਕਾਰ ਗਿਆਨ ਦਾ ਹੋਵੇ ਨਾ ਹੰਕਾਰ ਸੁਹੱਪਣ ਦਾ ਹੋਵੇ ਨਾ ਹੰਕਾਰ ਤਨ ਦੌਲਤ ਦਾ ਹੋਵੇ ਨਾ ਹੰਕਾਰ ਕਿਸੇ ਪਦਵੀ ਜਾਂ ਕਿਸੇ ਪ੍ਰਾਪਤੀ ਦਾ ਹੋਵੇ ਹਮੇਸ਼ਾ ਨਿਮਰਤਾ ਦੇ ਵਿੱਚ ਰਹਿ ਕਰਕੇ ਹਰ ਵਸਤੂ ਨੂੰ ਪਾਵੇਂ ਗਿਆਨ ਹੈ ਪਾਵੇਂ ਪਦਵੀ ਪਾਵੇਂ ਸੁਹੱਪਣ ਹੈ ਕੋਈ ਵੀ ਤਾਕਤ ਮਿਲ ਗਈ ਉਹਦਾ ਹੰਕਾਰ ਕਰਨ ਦੀ ਥਾਂ ਤੇ ਸ਼ੁਕਰਾਨਾ ਕਰਕੇ ਆਖੀ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ ਇਹ ਦਾਤ ਬਖਸ਼ਿਸ਼ ਕੀਤੀ ਹੈ ਤੇ ਸਤਿਗੁਰ ਮਹਾਰਾਜ ਕਿਰਪਾ ਕਰਨਗੇ ਕਿ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਗੁਰੂ ਕਿਰਪਾ ਕਰੇ ਅਰਦਾਸ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੋ ਕਿ ਮਹਾਰਾਜ ਕਿਰਪਾ ਕਰੋ ਕਿ ਜਗਤ ਦੇ ਵਿੱਚ ਇੱਕ ਵਾਰੀ ਫਿਰ ਆਪ ਠੰਡ ਵਰਤਾਵੋ ਆਪ ਕਿਰਪਾ ਕਰੋ अनेका ਮਹਾਰਾਜ ਸੱਚੇ ਪਾਤਸ਼ਾਹ ਜਾਣਾ ਗਵਾ ਚੁੱਕੇ ਨੇ अनेका ਇਸ ਬਿਮਾਰੀ ਦੀ ਗ੍ਰਸਤ ਵਿੱਚ ਨੇ ਆਪ ਕਿਰਪਾ ਕਰੋ ਵਾਹਿਗੁਰੂ ਕੋਈ ਵੀ ਹੈ ਆਪ ਹੱਥ ਦੇ ਕੇ ਰੱਖ ਲਵੋ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦਵਾਰੇ ਉਬਰੇ ਤਿੱਤੇ ਲਿਓ ਉਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਐ